ਪੰਜਾਬ ਦੇ ਕਹਿ ਰਹੇ ਵਾਰ ਵਾਰ ਕਿ ਕਿਸਾਨ ਜਥੇਬੰਦੀਆਂ ਕੁਝ ਕੁ ਫੰਡ ਇਕੱਠਾ ਕਰਦੀਆਂ ਧਰਨੇ ਲਾਉਣ ਤੋਂ ਸਵਾ ਕੋਈ ਕੰਮ ਨਹੀਂ। ਮੁੱਖ ਮੰਤਰੀ ਦੀ ਜਿਹੜੀ ਪਾਰਟੀ ਉਹ ਤਾਂ ਆਪ ਧਰਨੇ 'ਚ ਨਿਕਲੀ ਆ। ਜਿਹੜੀਆਂ ਅਸੀਂ ਪਹਿਲਾਂ ਮੋਦੀ ਨੇ 3 ਕਰੋੜ ਦੇ ਵਾਪਸ ਲਏ ਸੀ, ਬਾਕੀ ਸਾਰੀਆਂ ਦੀਆਂ ਸਾਰੀਆਂ ਮੰਗਾਂ ਰਹਿੰਦੀਆਂ। 4 ਮੰਗਾਂ 'ਤੇ ਸਹਿਮਤੀ ਹੋਈ ਸੀ। ਇੱਕ ਤਾਂ MSP ਦੀ ਗਰੰਟੀ ਵਾਲੀ ਮੰਗ, ਇੱਕ ਸੀਗੀ ਮਤਲਬ ਲਖੀਮਪੁਰ ਖੀਰੀ ਦੇ ਸਾਥੀਆਂ ਨੂੰ ਸਾਫ਼ ਪਾਉਣ ਦੀ ਗੱਲ, ਦੂਜਾ ਸੀ ਵੀ ਜਿਹੜੀ ਲੀਡਰਸ਼ਿਪ 'ਤੇ ਦਿੱਲੀ ਦੇ ਪਰਚੇ ਹੋਏ ਆ ਉਹ ਵਾਪਸ ਕਰਨ ਦੀ ਮੰਗ। ਦਿੱਲੀ ਬਿੱਲ 2020 ਜਿਹੜੀ ਸਰਕਾਰ ਲਿਆਈ ਸੀ ਹੁਣ 22 ਦੇ ਵਿੱਚ ਲਿਆਈ ਆ, ਉਹਨੂੰ ਰੱਦ ਕਰਨ ਦੀ ਹੁਣ ਮੰਗ ਆ। ਪੰਜਾਬ ਦੇ ਪਾਣੀਆਂ ਦੀ ਉਹ 'ਚ ਮੰਗ ਆ ਜੀ, ਕਿਸਾਨਾਂ ਨੂੰ 10,000 ਰੁਪਈਆ ਪੈਨਸ਼ਨ ਦਿੱਤੀ ਜਾਵੇ, ਕਿਉਂਕਿ ਮੁਲਕ ਦਾ ਢਿੱਡ ਭਰਦੇ ਆ। ਜਿਹੜਾ ਅੱਜ ਤੋਂ ਪਹਿਲਾਂ ਸਾਲ ਭਰ ਸੋਹਾਂ ਕਰਦਾ ਸੀ ਵੀ ਜਿੱਦਣ ਮੇਰੀ ਸਰਕਾਰ ਆਏ ਕਿਸੇ ਨੂੰ ਧਰਨਾ ਨਹੀਂ ਲਾਉਣਾ ਪਊਗਾ, ਅੱਜ ਉਹਦੇ ਰਾਜ ਦੇ ਵਿੱਚ ਡਾਕਟਰ ਆ, ਮਾਸਟਰ ਆ, ਨੌਜਵਾਨ ਆ, ਜਿਹੜਾ ਕਹਿੰਦਾ ਸੀ ਅਮਰੀਕਾ ਕੈਨੇਡਾ ਨਹੀਂ ਜਾਣਾ ਪੈਣਾ, ਸਾਰਿਆਂ ਨੂੰ ਟਿਫਨ ਫੜਾ ਦੇਣੇ ਆ। ਅੱਜ ਦੇਖ ਲਓ ਤੁਸੀਂ ਪੰਜਾਬ ਦੇ ਨੌਜਵਾਨ ਆ, ਕਿੰਨੇ ਕੁ ਲੋਕਾਂ ਨੂੰ ਟਿਫਨ ਫੜਾਏ ਆ। ਭਾਈ ਇਸੇ ਤਰ੍ਹਾਂ ਰੋਸ ਮਾਰਚ ਕੱਢਦੇ ਆ ਜਾਂ ਮੰਗ ਪੱਤਰ ਦਿੰਦੇ ਆ, ਗੱਲ ਬਣ ਜੂਗੀ ਕਿ ਅੱਗੇ ਵਧਣਾ ਪੈਣਾ। ਆਉਣ ਵਾਲੀਆਂ ਜਿਹੜੀਆਂ 24 ਦੀਆਂ ਚੋਣਾਂ ਹੋਣ, ਰਾਜਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹੋਣ 23 'ਚ, ਉਹਨਾਂ ਦੇ ਵਿੱਚ ਮੋਦੀ ਦੇ ਅੱਗੇ ਅਸੀਂ ਐਡੀ ਕੁ ਵੱਡੀ ਤਾਕਤ ਖੜੀ ਕਰਦੇ ਹਾਂ। ਮੋਰਚਾ ਅੱਜ ਵੀ ਇਕੱਠਾ ਜੀ, ਕੁਝ ਕੁ ਸਾਡੇ ਭਰਾ ਚਲੋ ਇੱਕ ਜਥੇਬੰਦੀ ਜਾਂ ਦੋ ਥੋੜ੍ਹੇ ਐਡ ਹੋਏ, ਉਹਨਾਂ ਨੂੰ ਵੀ ਮਨਾ ਕੇ ਨਾਲ ਲਾਵਾਂਗੇ। ਸੰਯੁਕਤ ਕਿਸਾਨ ਮੋਰਚੇ ਨੇ ਇੱਕ ਕਾਲ ਦਿੱਤੀ ਅਤੇ 7 ਵੱਡੀਆਂ ਮੰਗਾਂ ਰੱਖੀਆਂ ਗਈਆਂ, ਜਿਸ ਦੇ ਵਿੱਚੋਂ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ MSP ਦੀ ਕਾਨੂੰਨੀ ਗਰੰਟੀ ਦਾ ਕਾਨੂੰਨ ਮੰਗਿਆ ਗਿਆ, ਔਰ ਇੱਕ ਵੱਡਾ ਕਾਫਲਾ ਜਿਹੜਾ ਕਿਸਾਨਾਂ ਦਾ ਉਹ ਚੰਡੀਗੜ੍ਹ ਵਾਲੇ ਪਾਸੇ ਕੂਚ ਕਰਦਾ ਪਰ ਨਹੀਂ ਜਾਣ ਦਿੱਤਾ ਗਿਆ, ਔਰ ਮੋਹਾਲੀ ਵਾਲੇ ਪਾਸੇ ਹੀ ਇੱਕ ਮਾਰਚ ਵੀ ਕੱਢਿਆ ਗਿਆ। ਅਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ 'ਚ ਕਿਸਾਨ ਦੂਰ ਦੁਰਾਡਿਓਂ ਪੂਰੇ ਪੰਜਾਬ ਦੇ ਕੋਨੇ ਕੋਨੇ ਤੋਂ ਚੱਲ ਕੇ ਆਏ ਸੀ। ਇੱਕ ਤਸਵੀਰ ਦੇ ਵਿੱਚ ਦਿਲਚਸਪ ਗੱਲ ਇਹ ਸਾਹਮਣੇ ਦੇਖਣ ਨੂੰ ਮਿਲੀ ਹੈ ਕਿ ਇੱਥੋਂ ਦਾ ਪ੍ਰਸ਼ਾਸਨ ਇੰਨਾ ਚੁਕੰਨਾ ਸੀ ਕਿ ਵੱਡੇ ਵੱਡੇ ਬੈਰੀਕੇਡ ਇੱਥੇ ਵੀ ਲਾਉਣੇ ਪਏ, ਔਰ ਮਿੱਟੀ ਦੇ ਟਿੱਪਰ ਭਰ ਕੇ ਲਾਏ ਗਏ ਆ ਕਿ ਤਾਂ ਕਿ ਜਿਵੇਂ ਦਿੱਲੀ ਵੱਲ ਕੂਚ ਕੀਤਾ ਸੀ ਕਿਸਾਨਾਂ ਨੇ, ਤਾਂ ਇਸੇ ਤਰ੍ਹਾਂ ਇੱਥੇ ਨਾ ਭੰਨੇ ਤੋੜੇ ਜਾਣ। ਵੱਡੀ ਗਿਣਤੀ 'ਚ ਪੰਜਾਬ ਤੋਂ ਕਿਸਾਨ ਪਹੁੰਚੇ ਨੇ, ਨਾਅਰੇਬਾਜ਼ੀ ਕਰਦੇ ਹੋਏ ਆਪਣੀਆਂ ਮੰਗਾਂ ਨੂੰ ਮਨਵਾਉਂਦੇ ਹੋਏ ਅੱਗੇ ਨੂੰ ਲੰਘੇ ਨੇ, ਔਰ ਰੋਸ ਮਾਰਚ ਹਾਲੇ ਵੀ ਜਾਰੀ ਹੈ। ਇਹਨਾਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਕੀ ਨੇ? ਇਸ ਦੇ ਵਿੱਚ MSP ਦੀ ਕਾਨੂੰਨੀ ਗਰੰਟੀ ਨੂੰ ਬਣਾਉਣ ਦਾ, ਬਿਜਲੀ ਬਿੱਲ ਰੱਦ ਕਰਵਾਉਣ ਦੀ ਮੰਗ ਹੈ, ਔਰ ਕਿਸਾਨ ਅੰਦੋਲਨ ਦੌਰਾਨ ਝੂਠੇ ਪਰਚੇ ਪਾਏ ਗਏ ਜਾਂ ਲਖੀਮਪੁਰ ਖੀਰੀ ਦੇ ਕਿਸਾਨਾਂ ਜਾਂ ਇੱਕ ਪੱਤਰਕਾਰਾਂ 'ਤੇ ਗੱਡੀ ਚੜ੍ਹਾਈ ਗਈ ਸੀ ਤਾਂ ਉਸ ਨੂੰ ਇਨਸਾਫ ਨਹੀਂ ਮਿਲਿਆ, ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ, ਇਹ ਸਾਰੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਇੱਥੇ ਰੋਸ ਮਾਰਚ ਵੀ ਕੀਤਾ ਅਤੇ ਮੰਗ ਪੱਤਰ ਰਾਸ਼ਟਰਪਤੀ ਦੇ ਨਾਂ ਭੇਜਿਆ ਗਿਆ ਰਾਜਪਾਲ ਦੇ ਜ਼ਰੀਏ, ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਦੇ ਜ਼ਰੀਏ, ਔਰ ਇਸੇ ਤਰ੍ਹਾਂ ਦੇਸ਼ ਪੱਧਰ ਦੇ ਉੱਤੇ ਵੱਖ ਵੱਖ ਰਾਜਪਾਲਾਂ ਦੇ ਆਧਾਰ ਦੇ ਉੱਤੇ ਮੰਗ ਪੱਤਰ ਸੌਂਪਣ ਦੀ ਗੱਲ ਕਹੀ ਗਈ ਹੈ। ਬਹੁਤ ਸਾਰੇ ਕਿਸਾਨ ਜਿਹੜੇ ਇਸ ਵਿੱਚ ਹਿੱਸਾ ਬਣੇ ਨੇ, ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਆਏ ਨੇ, ਕਿਸੇ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਅਸੀਂ ਕਿ ਇਹਨਾਂ ਕਿਸਾਨਾਂ ਦਾ ਕਹਿਣਾ ਕੀ ਹੈ ਔਰ ਕਿਹੜੀਆਂ ਮੰਗਾਂ ਸੀ ਜਿਹੜੀਆਂ ਇੱਥੇ ਆਏ। ਤੁਸੀਂ ਰੋਸ ਮਾਰਚ ਵੀ ਕੱਢ ਰਹੇ ਹੋ ਜੀ, ਕਿਹੜੀ ਮੰਗ ਸੀ ਜਿਹੜੀ ਰਹਿ ਗਈ ਅਤੇ ਹੁਣ ਇੱਥੇ ਆਉਣਾ ਪਿਆ? ਮੰਗਾਂ ਜਿਹੜੀਆਂ ਅਸੀਂ ਪਹਿਲਾਂ ਮੋਦੀ ਨੇ 3 ਕਰੋੜ ਵਾਪਸ ਲਏ ਸੀ, ਬਾਕੀ ਸਾਰੀਆਂ ਦੀਆਂ ਸਾਰੀਆਂ ਮੰਗਾਂ ਰਹਿੰਦੀਆਂ। 4 ਮੰਗਾਂ 'ਤੇ ਸਹਿਮਤੀ ਹੋਈ ਸੀ। ਇੱਕ ਤਾਂ MSP ਦੀ ਗਰੰਟੀ ਵਾਲੀ ਮੰਗ ਸੀ, ਇੱਕ ਸੀਗੀ ਮਤਲਬ ਲਖੀਮਪੁਰ ਖੀਰੀ ਦੇ ਸਾਥੀਆਂ ਨੂੰ ਸਾਫ਼ ਪਾਉਣ ਦੀ ਗੱਲ, ਦੂਜਾ ਸੀ ਵੀ ਜਿਹੜੀ ਲੀਡਰਸ਼ਿਪ 'ਤੇ ਦਿੱਲੀ ਦੇ ਪਰਚੇ ਹੋਏ ਆ ਉਹ ਵਾਪਸ ਕਰਨ ਦੀ ਮੰਗ ਸੀ, ਅਤੇ ਉਹਦੇ ਵਿੱਚ ਹੀ ਸਾਡੀ ਸੀ ਮੰਗ ਜਿਹੜੀ ਆ ਬਿਜਲੀ ਬਿੱਲ 2020 ਜਿਹੜੀ ਸਰਕਾਰ ਲਿਆਈ ਸੀ ਹੁਣ 22 ਦੇ ਵਿੱਚ ਲਿਆਈ ਆ, ਉਹਨੂੰ ਰੱਦ ਕਰਨ ਦੀ ਹੁਣ ਮੰਗ ਆ। ਪੰਜਾਬ ਦੇ ਪਾਣੀਆਂ ਦੀ ਉਹ 'ਚ ਮੰਗ ਆ ਜੀ, ਕਿਸਾਨਾਂ ਨੂੰ 10,000 ਰੁਪਈਆ ਪੈਨਸ਼ਨ ਦਿੱਤੀ ਜਾਵੇ, ਕਿਉਂਕਿ ਮੁਲਕ ਦਾ ਢਿੱਡ ਭਰਦੇ ਆ। ਇਸ ਕਰਕੇ ਮੰਗਾਂ ਨੂੰ 7 ਨੁਕਾਤੀ ਪ੍ਰੋਗਰਾਮ ਲੈ ਕੇ ਅੱਜ ਸੰਯੁਕਤ ਮੋਰਚੇ ਦੀਆਂ ਮਤਲਬ ਪੰਜਾਬ ਦੀਆਂ 33 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਿਹੜਾ ਪ੍ਰੋਟੈਸਟ ਕੀਤਾ ਗਿਆ, ਜਿਹਦੇ ਤਹਿਤ ਅਗਲੀ ਰਣਨੀਤੀ ਜਿਹੜੀ ਤਿਆਰ ਕੀਤੀ ਉਹ। ਪੰਜਾਬ ਦੇ ਕਿਹੜੇ ਕੋਨੇ ਤੋਂ ਆਏ ਹੋ? ਮੁੱਖ ਮੰਤਰੀ ਪੰਜਾਬ ਦੇ ਕਹਿ ਰਹੇ ਵਾਰ ਵਾਰ ਕਿ ਕਿਸਾਨ ਜਥੇਬੰਦੀਆਂ ਕੁਝ ਕੁ ਫੰਡ ਇਕੱਠਾ ਕਰਦੀਆਂ, ਧਰਨੇ ਲਾਉਣ ਤੋਂ ਸਵਾ ਕੋਈ ਕੰਮ ਨਹੀਂ ਹੈ। ਮੁੱਖ ਮੰਤਰੀ ਦੀ ਜਿਹੜੀ ਪਾਰਟੀ ਉਹ ਤਾਂ ਆਪ ਧਰਨਿਆਂ 'ਚੋਂ ਨਿਕਲੀ ਆ। ਜਿਹੜਾ ਅੱਜ ਤੋਂ ਪਹਿਲਾਂ ਸਾਲ ਭਰ ਸੋਹਾਂ ਕਰਦਾ ਸੀ ਵੀ ਜਿੱਦਣ ਮੇਰੀ ਸਰਕਾਰ ਆਏ ਕਿਸੇ ਨੂੰ ਧਰਨਾ ਨਹੀਂ ਲਾਉਣਾ ਪਊਗਾ, ਅੱਜ ਉਹਦੇ ਰਾਜ ਦੇ ਵਿੱਚ ਡਾਕਟਰ ਆ, ਮਾਸਟਰ ਆ, ਨੌਜਵਾਨ ਆ, ਜਿਹੜਾ ਕਹਿੰਦਾ ਸੀ ਅਮਰੀਕਾ ਕੈਨੇਡਾ ਨਹੀਂ ਜਾਣਾ ਪੈਣਾ, ਸਾਰਿਆਂ ਨੂੰ ਟਿਫਨ ਫੜਾ ਦੇਣੇ ਆ। ਅੱਜ ਦੇਖ ਲਓ ਤੁਸੀਂ ਪੰਜਾਬ ਦੇ ਨੌਜਵਾਨ ਆ, ਕਿੰਨੇ ਕੁ ਲੋਕਾਂ ਨੂੰ ਟਿਫਨ ਫੜਾਏ ਆ। ਇਸ ਕਰਕੇ ਇਹ ਵੀ ਮੋਦੀ ਦੀ ਦੂਜੀ ਕਾਪੀ ਆ, ਭਗਵੰਤ ਮਾਨ ਮਤਲਬ ਜਿਹੜਾ ਇਹ ਕਾਰਪੋਰੇਟਾਂ ਦੀ ਸਰਕਾਰ ਆ, ਇਹ ਆਮ ਲੋਕਾਂ ਦੀ ਸਰਕਾਰ ਨਹੀਂ ਹੈਗੀ ਹੈ। ਬਾਈ ਜੀ ਕਿੱਥੋਂ ਆਏ? ਇਹ ਕੁਝ ਕਿਸਾਨ ਜਲੰਧਰ ਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਲੰਮਾ ਰੋਸ ਮਾਰਚ ਵੀ ਕੱਢਿਆ ਗਿਆ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਕਿ ਜਿਵੇਂ ਅਸੀਂ ਦਿੱਲੀ ਦੇ ਵਿੱਚ ਮੋਰਚਾ ਲਾਇਆ ਸੀ ਖੁੱਲ੍ਹਾ, ਤੇ ਇਸੇ ਤਰੀਕੇ ਦੇ ਨਾਲ ਜੇਕਰ ਪੰਜਾਬ ਵਿੱਚ ਵੀ ਲੋੜ ਪਈ ਤਾਂ ਲਾਵਾਂਗੇ, ਔਰ ਰੋਸ ਮਾਰਚ ਕੱਢੇ ਜਾ ਰਹੇ ਨੇ ਵੱਖਰੀ ਵੱਖਰੀ ਗਿਣਤੀ ਦੇ ਵਿੱਚ। ਇੱਥੇ ਬੀਬੀਆਂ ਵੀ ਸ਼ਾਮਿਲ ਹੋਈਆਂ ਨੇ ਧਰਨੇ ਦੇ ਵਿੱਚ, ਔਰ
पंजाब के 23 ज़िलों के किसान आते हैं। 33 जथेबंदियों का यह वड्डा कट अज मोहाली दे विच कीता गया, चंडीगढ़ वाले पासे कूच किए, पर पहला तो ही तय सी कि अगे नहीं जान दिता जाएगा। तस्वीर दे विच वेख सकते हो कि जेडे बैरीकेटिंग की गई है, पुलिस प्रशासन भी वड्डी गिणती तैनात है और इतों लगता सी इन्हां नूं भी खदशा होएगा कि किसान कितने इतने भी बैरीकेट ना भन देण। तुसीं कित्थों आए हो भाई जी? ਬਹਿਮਣ ਕੌਰ ਸਿੰਘ ਤਲਵੰਡੀ ਸਾਬੋ। ਪੰਜਾਬ ਦੇ ਵਿੱਚ ਅੱਗੇ ਚੰਡੀਗੜ੍ਹ ਵਾਲੇ ਪਾਸੇ ਕੂਚ ਕਰਨਾ ਸੀ, ਮੁੜਨਾ ਪਿਆ ਜਾਂ ਪਹਿਲਾਂ ਤੋਂ ਤੈਅ ਸੀ? ਪਹਿਲਾਂ ਤੋਂ ਤੈਅ ਸੀ ਜੀ, ਮੰਗ ਪੱਤਰ ਦਾ ਉਹ ਦੇ ਦਿੱਤਾ ਜੀ, ਤੇ ਉਹ ਜਿਹੜੇ ਆਪਣੇ ਕਿਸਾਨ ਆਗੂ ਆ 32 ਉਹ ਬਾਕੀ ਲੱਗਦਾ ਹੁਣ ਮੰਗ ਪੱਤਰ ਨਾਲ ਅਸਰ ਪਊਗਾ ਜੀ? ਪਊਗਾ, ਪੂਰਾ ਪਊਗਾ, ਪਊਗਾ। ਪੰਵੇ ਕਵੇ ਨਾ ਦਿੱਲੀ ਗਏ ਸੀ ਪਹਿਲਾਂ ਕਿਸਾਨ ਤੋਂ? ਉਹ ਗਏ ਜੀ, ਉੱਥੇ ਵੀ ਸਵਾ ਸਾਲ ਲਾਇਆ ਜੀ, ਹੁਣ ਵੀ ਉੱਥੇ ਫਿਰ ਦੁਬਾਰੇ ਵੀ ਧਰਨਾ ਲਾਉਣਾ ਪਊਗਾ। ਇਸ਼ਾਂਤਮਈ ਇਸੇ ਤਰ੍ਹਾਂ ਰੋਸ ਮਾਰਚ ਕੱਢਦੇ ਆ ਜਾਂ ਮੰਗ ਪੱਤਰ ਦਿੰਦੇ ਆ, ਗੱਲ ਬਣ ਜੂਗੀ ਕਿ ਅੱਗੇ ਵਧਣਾ ਪੈਣਾ? ਚਲੋ ਤਾਂ ਦੇਖਾ, ਮੌਕੇ ਦੀ ਗੱਲ ਆ ਜੀ, ਮੌਕੇ ਤੇ ਦੇਖੀ ਜਾਊਗੀ ਕਿਹੀ ਗੱਲ ਕੋਈ ਹੋਊਗੀ, ਭਾਵਨਾ ਹੋਊਗੀ। ਤਾਂ ਤੁਹਾਨੂੰ ਕੀ ਲੱਗਦਾ ਜਦੋਂ ਦੇ ਇੱਥੋਂ ਸਵੇਰ ਦੇ ਵਿੱਚ ਆਏ ਹੋ ਧਰਨੇ ਦੇ ਵਿੱਚ, ਨੌਜਵਾਨ ਵੀ ਆਏ ਆ, ਬਜ਼ੁਰਗ ਵੀ ਆ, ਕਿੰਨੀ ਕੁ ਗਿਣਤੀ ਹੋ ਗਈ ਉਹ ਧਰਨੇ 'ਚ? ਇਹ ਤਾਂ ਬਹੁਤ ਗਿਣਤੀ ਜ਼ਿਆਦਾ ਜੀ, ਹੱਦੋਂ ਵੱਧ ਹੈਗੀ, ਕੋਈ ਕਹੀ ਨਹੀਂ ਸਕਦਾ। ਜਾ ਰਿਹਾ ਸੀ ਕਿ ਕੁਝ ਕੁ ਜਥੇਬੰਦੀਆਂ ਨੇ ਜਿਹੜੀਆਂ ਥਾਂ ਥਾਂ ਧਰਨਾ ਲਾ ਦਿੰਦੀਆਂ, ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ? ਪਰੇਸ਼ਾਨੀ ਤਾਂ ਜੀ ਉਹ ਤਾਂ ਅਡੋਡੀ ਕੋਈ ਹੋ ਸਕਦਾ ਕੋਈ ਚੱਲ ਕਿਤੇ ਹੋ ਗਿਆ ਹੋਊਗਾ, ਇਹੀ ਤਾਂ ਗੱਲ ਨਹੀਂ। ਜਥੇਬੰਦੀਆਂ ਬਹੁਤ ਸ਼ਹਿਰ ਨੂੰ ਸੁਲਝੀਆਂ ਹੋਈਆਂ ਨੇ, ਐਂ ਕੋਈ ਇਹੀ ਗੱਲ ਨਹੀਂ ਵੀ ਕਿਸੇ ਨਾਲ ਵੀ ਧੱਕਾ ਕਰਨੀ। ਇਹ ਸਾਰਾ ਜੱਥਾ ਕਿੱਥੋਂ ਆਇਆ ਜੀ? ਇਹ ਜਖੇਪਲ ਹੰਬਲਵਾਸ ਹੈ ਜੀ। ਤਾਂ ਕਿਸਾਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰ ਰਹੇ ਹਾਂ, ਇਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਤਰੀਕੇ ਦੇ ਨਾਲ ਮੰਗਾਂ ਮਨਾਉਣ ਦੇ ਲਈ ਇਹ ਸਾਰੇ ਧਰਨੇ ਪ੍ਰਦਰਸ਼ਨ ਕਰ ਰਹੇ ਹਾਂ। ਤਾਂ ਇਸ ਰੋਸ ਮਾਰਚ ਦੇ ਵਿੱਚ ਜਿਹੜੀਆਂ 7 ਮੰਗਾਂ ਰੱਖੀਆਂ ਗਈਆਂ ਨੇ, ਨਾਲ ਹੀ ਮੰਗ ਪੱਤਰ ਦਿੱਤਾ ਜਾ ਰਿਹਾ, ਵੱਖ ਵੱਖ ਥਾਵਾਂ ਤੋਂ ਕਿਸਾਨ ਆਏ ਨੇ, ਹੋਰ ਵੀ ਕਿਸਾਨ ਵੀਰ ਆ ਰਹੇ ਨੇ। ਬਾਈ ਜੀ ਤੁਸੀਂ ਕਿੱਥੋਂ ਆਏ ਹੋ? ਅਸੀਂ ਫਾਜ਼ਿਲਕਾ ਡਿਸਟ੍ਰਿਕਟ ਤੋਂ ਆਏ ਜੀ। ਇਸ ਧਰਨੇ ਦੇ ਵਿੱਚ ਦੱਸਿਆ ਜਾ ਰਿਹਾ 7 ਮਈ ਨੂੰ ਮੰਗਾਂ ਸੀ ਔਰ 7 ਮੰਗਾਂ ਨੂੰ ਮਨਾਉਣ ਦੇ ਲਈ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਗਿਆ, ਰਾਸ਼ਟਰਪਤੀ ਤੱਕ ਪਹੁੰਚਾਉਣਾ ਹੈ। ਤਾਂ ਲੱਗਦਾ ਕੀ ਹੈ ਕਿ ਇਸ ਤਰ੍ਹਾਂ ਦੇ ਮੰਗ ਪੱਤਰ ਪਹਿਲਾਂ ਵੀ ਬੜੇ ਗਏ ਆ, ਹੁਣ ਅਸਰ ਹੋ? ਇਹ ਜੀ ਮੰਗ ਪੱਤਰ, ਚਲੋ ਜਥੇਬੰਦੀਆਂ ਵੱਲੋਂ ਇੱਕ ਚੇਤਾਵਨੀ ਤਰ੍ਹਾਂ ਚੇਤਾਵਨੀ ਹੈ ਜੀ ਕਿ ਜਿਹੜੀ ਮੋਦੀ ਸਰਕਾਰ ਦਾ ਇਹ ਪ੍ਰਚਾਰ ਲੋਕਾਂ ਵਿੱਚ ਕਰਨ ਜਾ ਕਰ ਰਹੀ ਸੀ, ਆਪਦੇ ਜਿਹੜੇ ਸੋਸ਼ਲ ਮੀਡੀਆ ਰਾਹੀਂ ਆਪਦੀ ਰਾਈਟ ਸੈੱਲ ਕੀ ਤਿਆਰ ਕੀਤਾ ਉਹਨਾਂ ਰਾਹੀਂ ਕਿ ਕਿਸਾਨ ਦੀ ਤਾਕਤ ਨਿਖਰ ਚੁੱਕੀ, ਕਿਸਾਨ ਇਕੱਠੇ ਨਹੀਂ ਹੋ ਸਕਦੇ। ਅੱਜ ਦੀ ਜਿਹੜੀ ਤਾਕਤ ਦਿਖਾ ਕੇ ਮੋਦੀ ਨੂੰ ਦੁਬਾਰਾ ਫਿਰ ਉਹਦੀ ਨੀਂਦਰ ਆਰਾਮ ਕਰ ਦਿੱਤੀ ਹੈ ਕਿ ਜਿਹੜਾ ਮੋਦੀ ਨੂੰ ਇਹ ਵਹਿਮ ਸੀ ਕਿ ਮੇਰੇ ਅੱਗੇ ਕੋਈ ਵੀ ਰਾਜਨੀਤਿਕ ਪਾਰਟੀ ਨਹੀਂ ਆੜ ਸਕਦੀ, ਕੇਵਲ ਦੇ ਕੇਵਲ ਆਹ ਸੰਯੁਕਤ ਮੋਰਚਾ ਹੈ, ਇਹ ਕਿਸਾਨਾਂ ਦਾ ਮੋਰਚਾ ਹੈ ਜਿਹੜੀ ਮੇਰੀ ਅੱਖ ਚੱਕ ਪਾ ਕੇ ਲੜ ਸਕਦਾ ਹੈ ਅਤੇ ਮੇਰੀ ਨੀਂਦ ਆਰਾਮ ਕਰ ਸਕਦਾ ਹੈ। ਆਉਣ ਵਾਲੀਆਂ ਜਿਹੜੀਆਂ 24 ਦੀਆਂ ਚੋਣਾਂ ਹੋਣ, ਰਾਜਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹੋਣ 23 'ਚ, ਉਹਨਾਂ ਦੇ ਵਿੱਚ ਮੋਦੀ ਦੇ ਅੱਗੇ ਅਸੀਂ ਐਡੀ ਕੁ ਵੱਡੀ ਤਾਕਤ ਖੜ੍ਹੀ ਕਰ ਦਿਆਂਗੇ ਜੇਕਰ ਮੋਦੀ ਨੇ ਜਿਹੜੇ ਵਾਅਦੇ ਕੀਤੇ ਸਨ, ਜੇਕਰ ਕਮੇਟੀ ਨੂੰ ਬਣਾਉਣ ਦਾ ਵਿੱਚ ਕਿਸਾਨਾਂ ਨੂੰ ਲੈਣ ਦੀ ਗੱਲ ਕੀਤੀ ਸੀ ਜਾਂ ਜਿਹੜੇ ਉਹਨੇ ਵਾਅਦੇ ਕੀਤੇ ਸਨ ਉਹਨਾਂ ਤੋਂ ਭੱਜਿਆ, ਕਮੇਟੀ ਵਿੱਚ ਕਿਸਾਨਾਂ ਨੂੰ ਨਾ ਲਿਆ, ਤਾਂ ਮੋਦੀ ਦਾ ਇਹ ਸੁਪਨਾ ਜਿਹੜਾ ਅਗਰ 27 ਵਾਲਾ 24 ਵਾਲਾ ਹੋਵੇ ਜਾਂ ਕਹਿ ਸਕਦੇ ਹਾਂ ਕਿ ਜਿਹੜੀਆਂ 23 ਵਿੱਚ ਇਲੈਕਸ਼ਨ ਆ ਰਹੇ ਨੇ ਵੱਖ ਵੱਖ ਸੂਬਿਆਂ ਵਿੱਚ ਉਹ ਹੋਣ, ਉਹ ਸਾਰਾ ਅਸੀਂ ਚੱਕਣਾ ਚੂਰ ਕਰ ਦਿਆਂਗੇ। ਇਹ ਕਿਸਾਨਾਂ ਦੀ ਅੱਜ ਦੀ ਤਾਕਤ ਨੇ ਇਹ ਜ਼ਰੂਰ ਵਿਖਾ ਦਿੱਤਾ ਹੈ। ਹੋ ਸਕਦਾ ਹੈ ਤੁਹਾਡਾ ਸਵਾਲ ਠੀਕ ਹੈ ਕਿ ਅੱਜ ਦੇ ਮੰਗ ਪੱਤਰ ਦਾ ਕੋਈ ਅਸਰ ਨਾ ਹੋਵੇ, ਪਰ ਉਹਦੀ ਨੀਂਦ ਜ਼ਰੂਰ ਅੱਜ ਉਹਨੀ ਉਹਦੀ ਆਰਾਮ ਹੋਵੇਗੀ, ਇਸ ਗੱਲ ਦੇ ਮਾਣ ਨਾਲ ਅਸੀਂ ਕਰਨ ਜਾ ਰਹੇ ਜੀ। ਤਾਂ ਇਹਨਾਂ ਕਿਸਾਨਾਂ ਦਾ ਦਾਅਵਾ ਹੈ ਕਿ ਅਸੀਂ ਆਪਣੇ ਪੱਧਰ ਦੇ ਉੱਤੇ ਜਿਹੜੀ ਮੰਗ ਪੱਤਰ ਰੱਖਣ ਦੀ ਗੱਲ ਕਰਦੇ ਹਾਂ ਔਰ ਸਾਰੇ ਕਿਸਾਨ ਨੇ ਜਿਹੜੇ ਵੱਖ ਵੱਖ ਥਾਵਾਂ ਤੋਂ ਆਏ ਨੇ, ਅਤੇ ਦੇਖਿਆ ਤੁਸੀਂ ਕਿ ਇਸ ਰੋਸ ਮਾਰਚ ਦੇ ਵਿੱਚ ਵੀ ਵੱਡੀ ਗਿਣਤੀ 'ਚ ਕਿਸਾਨ ਸੀ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਲ ਪਲ ਦੀ ਤਸਵੀਰ ਦਿਖਾਈ ਜਾਵੇ। ਕੁਝ ਨੌਜਵਾਨ ਵੀ ਪਹੁੰਚੇ ਨੇ, ਆਪਣੇ ਬਜ਼ੁਰਗਾਂ ਤੋਂ ਥਾਪੜਾ ਲੈ ਕੇ ਦਿੱਲੀ ਵੀ ਗਏ ਸੀ। ਬਾਈ ਜੀ ਤੁਸੀਂ ਕਿਹੜੀ ਥਾਂ 'ਤੇ ਆਏ ਹੋ? ਅਸੀਂ ਸ਼੍ਰੀ ਮੁਕਤਸਰ ਸਾਹਿਬ ਤੋਂ ਆਏ ਹਾਂ ਜੀ, ਅਤੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਇੱਥੇ ਪਹੁੰਚੇ ਹਾਂ ਜੀ। ਪਹਿਲਾਂ ਕਿਹਾ ਜਾ ਰਿਹਾ ਸੀ, ਇੱਕ ਗੱਲ ਪ੍ਰਚਾਰੀ ਜਾ ਰਹੀ ਸੀ ਕਿ ਨੌਜਵਾਨ ਤਾਂ ਵੈਸੇ ਨਹੀਂ ਨਾਲ ਤੁਰਦਾ ਅਤੇ ਹੁਣ ਕਿਸਾਨ ਵੀ ਆ ਖਿੰਡ ਪੁੰਡ ਗਏ ਆ, ਤੁਹਾਨੂੰ ਕੀ ਲੱਗਦਾ ਇਹ ਮਸਲੇ ਦੇ ਵਿੱਚ ਜਿਹੜੀਆਂ ਗੱਲਾਂ ਉੱਠੀਆਂ ਸੀ ਕਿਉਂ ਉੱਠੀਆਂ ਸੀ ਅਤੇ ਇਸਦਾ ਕਾਰਨ ਕੀ ਹੈ? ਬਿਲਕੁਲ ਜੀ, ਇਸ ਗੱਲ ਦਾ ਜੋ ਜਵਾਬ ਹੈ ਅੱਜ ਦੇ ਇਕੱਠ ਨਹੀਂ ਦਿੱਤਾ, ਪਹਿਲੀ ਗੱਲ ਤਾਂ। ਬਾਕੀ ਜਿਹੜੀਆਂ ਇਹ ਅਫਵਾਹਾਂ, ਸੰਯੁਕਤ ਕਿਸਾਨ ਮੋਰਚਾ ਅੱਜ ਵੀ ਇਕੱਠਾ ਜੀ, ਕੁਝ ਕੁ ਸਾਡੇ ਭਰਾ ਚਲੋ ਇੱਕ ਜਥੇਬੰਦੀ ਜਾਂ ਦੋ ਥੋੜ੍ਹੇ ਐਡ ਹੋਏ ਆ, ਉਹਨਾਂ ਨੂੰ ਵੀ ਮਨਾ ਕੇ ਨਾਲ ਲਾਵਾਂਗੇ। ਸਰਕਾਰ ਨੇ ਮੰਗਾਂ ਤੋਂ ਆਨਾਕਾਨੀ ਕੀਤੀ ਸੀ, ਜਿਹੜੀਆਂ ਸਾਡੀਆਂ ਮੰਗਾਂ ਸੀ ਦਿੱਲੀ ਕਿਸਾਨ ਮੋਰਚੇ 'ਚ ਕੇਂਦਰ ਸਰਕਾਰ ਨਾਲ ਖੋਈਆਂ ਸੀ, ਜੋ ਮੰਨੀਆਂ ਸੀ ਉਹਦੇ 'ਤੇ ਵਾਅਦਾ ਖਿਲਾਫੀ ਕਰ ਰਹੀ ਸੀ, ਉਹਦੇ 'ਤੇ ਚੱਲਦਿਆਂ ਹੋਇਆਂ ਹੀ ਸਾਨੂੰ ਅੱਜ ਦਾ ਜਿਹੜਾ ਸੰਘਰਸ਼ ਆ ਦੁਬਾਰਾ ਵਿੱਢਣ ਦੀ ਚੇਤਾਵਨੀ ਦਿੱਤੀ ਆ ਅਸੀਂ, ਅਤੇ ਉਹ ਜਿਹੜੀਆਂ ਮੰਗਾਂ ਸੀਗੀਆਂ ਉਹਦਾ ਮੰਗ ਪੱਤਰ ਬਣਾ ਕੇ ਉਹਨਾਂ 'ਤੇ ਅਮਲ ਕਰਨ ਲਈ ਅੱਜ ਸਰਕਾਰ ਨੂੰ ਅਲਟੀਮੇਟਮ ਦਿੱਤਾ ਜੀ। ਤਾਂ ਇਹ ਕਿਸਾਨ ਅਲਟੀਮੇਟਮ ਦੇ ਕੇ ਆਏ ਨੇ ਔਰ ਨਾਲ ਹੀ ਇਹਨਾਂ ਦੀ ਮੰਗ ਹੈ ਕਿ ਜਿਹੜੀਆਂ 7 ਮੰਗਾਂ ਦਾ ਇੱਕ ਚਾਰਟ ਇਹਨਾਂ ਤੱਕ ਪਹੁੰਚਾਇਆ, ਉਸ ਨੂੰ ਲੈ ਕੇ ਇਹ ਕੀ ਕਹਿੰਦੇ ਨੇ ਜਾਂ ਅੱਗੇ ਅਸਰ ਕਿੰਨਾ ਹੁੰਦਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਫਿਲਹਾਲ
वखरे वखरे तौर दे उत्ते अपने पद्धर उत्ते पहुँचे नौजवान बजुर्ग बीबियां सारे ही इस धरने मुजहरे दे विच शामिल होए सी ते असीं तस्वीरां सवेर तो दिखाउण दी कोशिश कर रहे हैं कि इस मसले दे विच होर की देखण नूं मिल सकदा की संभावनावां ने। देखदे हैं कि किसानां दा एका किन्ना कु रंग लिआउंदा, सरकार किन्नी झुकदी है। साथी कैमरामैन मनदीप सिंह दे नाल संदीप लादूका, ABC पंजाब, मोहाली।